ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਕਰ ਯੁਗ ਕਾ ਧਰਮ ਕਹਿਓ ਤੁਮ ਭਾਈ, ਕਿਵ ਛੁਟਿਓ ਹਮ ਛੁਟਕਾਕੀ। ਹਰ ਹਰ ਜਪ ਬੇੜੀ ਹਰ ਤੁਲਹਾ, ਹਰ ਜਪਿਓ ਤਰੇ ਤਰਾਕੀ। ਕਰ ਯੁਗ ਕਾ ਧਰਮ ਕਹਿਓ ਤੁਮ ਭਾਈ, ਕਿਵ ਛੁਟਿਓ ਹਮ ਛੁਟਕਾਕੀ। ਹਰ ਹਰ ਜਪ ਬੇੜੀ ਹਰ ਤੁਲਹਾ, ਹਰ ਜਪਿਓ ਤਰੇ ਤਰਾਕੀ। ਹਰ ਜੀ ਲਾਜ ਰੱਖਿਓ ਹਰ ਜਨ ਕੀ, ਹਰ ਹਰ ਜਪਨ ਜਪਾਵਿਓ ਆਪਣਾ, ਹਮ ਮਾਂਗੀ ਭਗਤ ਇਕਾਕੀ। ਰਹਾਉ ਹਰ ਕੇ ਸੇਵਕ ਸੇ ਹਰ ਪਿਆਰੇ, ਜਿਨ ਜਪਿਓ ਹਰ ਬਚਨਾ ਕੀ। ਲੇਖਾ ਚਿੱਤਰ ਗੁਪਤ ਜੋ ਲਿਖਿਆ, ਸਭ ਝੂਟੀ ਜਮਕੀ ਬਾਕੀ। ਹਰ ਕੇ ਸੰਤ ਜਪਿਓ ਮਨ ਹਰ ਹਰ, ਲਗ ਸੰਗਤ ਸਾਧ ਜਨਾ ਕੀ। ਦਿਨੀ ਅਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ, ਸਿਵ ਚਰਿਓ ਚੰਦ ਚੰਦਾ ਕੀ। ਤੁਮ ਵੱਡ ਪੁਰਖ ਵੱਡ ਅਗਮ ਅਗੋਚਰ, ਤੁਮ ਆਪੇ ਆਪ ਅਪਾਕੀ। ਜਨ ਨਾਨਕ ਕਉ ਪ੍ਰਭ ਕਿਰਪਾ ਕੀ ਜੈ, ਕਰ ਤਾਸਨ ਦਾਸ ਦਸਾਕੀ। ਤੁਮ ਵੱਡ ਪੁਰਖ ਵੱਡ ਅਗਮ ਅਗੋਚਰ, ਤੁਮ ਆਪੇ ਆਪ ਅਪਾਕੀ। ਜਨ ਨਾਨਕ ਕਉ ਪ੍ਰਭ ਕਿਰਪਾ ਕੀ ਜੈ, ਕਰ ਤਾਸਨ ਦਾਸ ਦਸਾਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਚੌਥਾ। ਹੇ ਭਾਈ, ਮੈਨੂੰ ਉਹ ਧਰਮ ਦੱਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਝਮੇਲੇ ਵਿੱਚੋਂ ਬਚਿਆ ਜਾ ਸਕੇ। ਮੈਨੂੰ ਇਹਨਾਂ ਝਮੇਲਿਆਂ ਤੋਂ ਬਚਣਾ ਚਾਹੀਦਾ ਹੈ, ਦੱਸ ਮੈਂ ਕਿਵੇਂ ਬਚਾਂ। ਪਰਮਾਤਮਾ ਨੇ ਨਾਮ ਦਾ ਜਾਪ ਬੇੜੀ ਹੈ, ਨਾਮ ਹੀ ਤੁਲਹਾ ਹੈ। ਜਿਸ ਮਨੁੱਖ ਨੇ ਹਰ ਨਾਮ ਜਪਿਆ, ਉਹ ਤਾਰੂ ਬਣ ਕੇ ਪਾਰ ਲੰਘ ਜਾਂਦਾ ਹੈ। ਹੇ ਪ੍ਰਭੂ ਜੀ, ਦੁਨੀਆਂ ਦੇ ਵਿਕਾਰਾਂ ਦੇ ਝਮੇਲਿਆਂ ਵਿੱਚੋਂ ਆਪਣੇ ਸੇਵਕਾਂ ਦੀ ਇੱਜ਼ਤ ਬਚਾ ਲੈ। ਹੇ ਹਰੀ, ਮੈਨੂੰ ਆਪਣਾ ਨਾਮ ਜਪਣ ਦੀ ਸਮਰੱਥਾ ਦੇ। ਮੈਂ ਤੇਰੇ ਪਾਸੋਂ ਸਿਰਫ ਭਗਤਾਂ ਦਾ ਦਾਨ ਮੰਗ ਰਿਹਾ ਹਾਂ। ਰਹਾਓ ਹੇ ਭਾਈ, ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਉਹ ਸੇਵਕ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ। ਚਿੱਤਰਗੁਪਤ ਦੇ ਜਿਹੜਾ ਵੀ ਉਹਨਾਂ ਦੇ ਕਰਮਾਂ ਦਾ ਲੇਖਾ ਲਿਖ ਰੱਖਿਆ ਹੈ, ਧਰਮਰਾਜ ਉਹ ਸਾਰਾ ਹਿਸਾਬ ਮੁਕਾ ਦਿੰਦਾ ਹੈ। ਹੇ ਭਾਈ, ਜਿਨ੍ਹਾਂ ਸੰਤ ਜਨਾਂ ਨੇ ਸਾਧ ਜਨਾਂ ਦੀ ਸੰਗਤ ਵਿੱਚ ਬੈਠ ਕੇ ਆਪਣੇ ਮਨ ਵਿੱਚ ਪਰਮਾਤਮਾ ਦੇ ਨਾਮ ਦਾ ਜਾਪ ਕੀਤਾ ਹੈ, ਉਹਨਾਂ ਦੇ ਅੰਦਰ ਕਲਿਆਣ ਰੂਪ ਪਰਮਾਤਮਾ ਪ੍ਰਗਟ ਹੋ ਪਿਆ, ਮਨ ਨੂੰ ਠੰਡਕ ਪੂਜਣ ਵਾਲਾ ਚੰਦ ਚੜ੍ਹ ਪਿਆ। ਜਿਸ ਨੇ ਉਹਨਾਂ ਦੇ ਹਿਰਦੇ ਵਿੱਚੋਂ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ ਹੈ, ਜਿਸ ਨੇ ਵਿਕਾਰਾਂ ਦਾ ਤਾਪ ਸੂਰਜ ਸ਼ਾਂਤ ਕਰ ਦਿੱਤਾ ਹੈ। ਹੇ ਪ੍ਰਭੂ, ਤੂੰ ਸਭ ਤੋਂ ਵੱਡਾ ਹੈ, ਤੂੰ ਸਰਵ ਵਿਆਪਕ ਹੈ, ਤੂੰ ਅਪਹੁੰਚ ਹੈ। ਗਿਆਨ ਇੰਦਰੀਆਂ ਦੀ ਰਾਹੀਂ ਤੇਰੇ ਤੱਕ ਪਹੁੰਚ ਨਹੀਂ ਹੋ ਸਕਦੀ, ਤੂੰ ਹਰ ਥਾਂ ਆਪ ਹੀ ਆਪ ਹੈ। ਹੇ ਪ੍ਰਭੂ, ਆਪਣੇ ਦਾਸ ਨਾਨਕ 'ਤੇ ਮਿਹਰ ਕਰ, ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।